ਅਤੇ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ ਹੇ ਭਾਈਓ ਅਸੀਂ ਕੀ ਕਰੀਏ। ਹੁਣ ਉਹ ਲੋਕ ਕਹਿੰਦੇ ਅਸੀਂ ਕੀ ਕਰੀਏ, ਸਾਡੇ ਕੋਲ ਤਾਂ ਗੁਨਾਹ ਹੋ ਗਿਆ, ਗਲਤੀ ਹੋ ਗਈ। ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੋਬਾ ਕਰੋ। ਹੁਣ ਕਹਿੰਦੇ ਬਚਾਵ ਦਾ ਇੱਕੋ ਹੀ ਮੌਕਾ ਹੈ, ਤੋਬਾ ਕਰੋ। ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੋਬਾ ਕਰੋ, ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਉੱਤੇ ਬਸਮਾ ਲਵੇ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਗੈਰ ਭਾਸ਼ਾ ਬੋਲਣੀ ਪਵਿੱਤਰ ਆਤਮਾ ਦਾ ਦਾਨ ਨਹੀਂ ਹੈ। ਸਾਡੇ ਯੁੱਗ ਦੇ ਨਬੀ ਨੇ ਕਿਹਾ ਇਹ ਛੋਟਾ ਜਿਹਾ ਵਰਦਾਨ ਹੈ ਗੈਰ ਭਾਸ਼ਾ, ਜੇ ਕੋਈ ਅਨੁਵਾਦ ਕਰਦਾ ਹੋਵੇ ਤਾਂ ਠੀਕ ਆ, ਇਹ ਪਵਿੱਤਰ ਆਤਮਾ ਨਹੀਂ ਹੈ। ਬਹੁਤ ਸਾਰੇ ਲੋਕ ਗੈਰ ਭਾਸ਼ਾ ਬੋਲਦੇ ਆ ਤੇ ਉਹ ਸੋਚਦੇ ਸ਼ਾਇਦ ਸਾਡੇ ਕੋਲ ਪਵਿੱਤਰ ਆਤਮਾ ਹੈ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਭੈਣ ਭਾਈਓ ਜੀਜੋ, ਜਿਹੜੇ ਲੋਕ ਦੁਸ਼ਟ ਆਤਮਾ ਗ੍ਰਸਤ ਹੁੰਦੇ ਹਨ, ਭੂਤ ਸਿੱਧੀਆਂ ਕਰਦੇ ਹਨ, ਉਹ ਵੀ ਗੈਰ ਭਾਸ਼ਾ ਬੋਲਦੇ ਆ, ਤੇ ਕੀ ਉਹਨਾਂ ਦੇ ਕੋਲ ਵੀ ਪਵਿੱਤਰ ਆਤਮਾ ਹੈ? ਫਿਰ ਉਹਨਾਂ ਕੋਲ ਕੋਈ ਪਵਿੱਤਰ ਆਤਮਾ ਨਹੀਂ, ਉਹ ਸਭ ਦੁਸ਼ਟ ਆਤਮਾ ਨਾਲ ਭਰੇ ਹੁੰਦੇ ਹਨ। ਇਸ ਕਰਕੇ ਗੈਰ ਭਾਸ਼ਾ ਬੋਲਣਾ ਪਵਿੱਤਰ ਆਤਮਾ ਦਾ ਪ੍ਰਮਾਣ ਨਹੀਂ ਹੈ, ਇਸ ਗੱਲ ਨੂੰ ਯਾਦ ਰੱਖੋ। ਜੇ ਕਿਸੇ ਕੋਲ ਪਵਿੱਤਰ ਆਤਮਾ ਹੋਵੇ ਤੇ ਪਵਿੱਤਰ ਆਤਮਾ ਸਭ ਤੋਂ ਪਹਿਲਾਂ ਮਨੁੱਖ ਦਾ ਸੁਧਾਰ ਕਰਦਾ ਹੈ, ਫਿਰ ਆਪਣੇ ਵਚਨ ਦੇ ਉੱਪਰ ਪ੍ਰਤੀਤ ਕਰਾਉਂਦਾ ਆ। ਸੰਤ ਪੌਲਸ ਨੂੰ ਦੇਖੋ, ਜਦੋਂ ਦਮਿਸ਼ਕ ਦੇ ਰਾਹ ਤੇ ਜਾ ਰਿਹਾ ਸੀ ਆਪਣੇ ਘੋੜੇ ਉੱਪਰ, ਤੇ ਪ੍ਰਭੂ ਨੇ ਉਸਨੂੰ ਘੋੜੇ ਤੋਂ ਥੱਲੇ ਸਿੱਟਿਆ, ਤੇ ਸੰਤ ਪੌਲਸ ਕਹਿੰਦਾ ਪ੍ਰਭੂ ਤੂੰ ਕੌਣ ਹੈ? ਤੇ ਪ੍ਰਭੂ ਕਹਿੰਦਾ ਪੌਲਸ ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਠੀਕ ਹੈ ਨਾ, ਉਹ ਕਹਿੰਦਾ ਤੂੰ ਕੌਣ ਹੈ? ਉਹ ਕਹਿੰਦਾ ਮੈਂ ਪ੍ਰਭੂ ਯੇਸ਼ੂ ਮਸੀਹ ਹਾਂ ਜਿਹਨੂੰ ਤੂੰ ਸਤਾਉਂਦਾ ਹੈ। ਤੇ ਦੇਖੋ ਕਿਸ ਤਰ੍ਹਾਂ ਸੰਤ ਪੌਲਸ ਜਿਹੜਾ ਲੋਕਾਂ ਨੂੰ ਮਾਰਦਾ ਹੁੰਦਾ ਸੀ, ਬਾਹਾਂ ਤੋਂ ਘੜੀਸ ਘੜੀਸ ਕੇ ਔਰਤਾਂ ਨੂੰ ਲੈ ਕੇ ਜਾਂਦਾ ਸੀ ਹੈਕਲਾਂ ਦੇ ਵਿੱਚੋਂ, ਉਸੇ ਨੂੰ ਉਸਨੇ ਉੱਠ ਖੜਾ ਕੀ ਕਰਾਇਆ ਤੇ ਉਸੇ ਤੋਂ ਉਹਨੇ ਆਪਣੇ ਨਾਮ ਦਾ ਪ੍ਰਚਾਰ ਕਰਵਾਇਆ। ਠੀਕ ਹੈ ਨਾ, ਇਸ ਕਰਕੇ ਪਤਰਸ ਕਹਿੰਦਾ ਆਪਣੇ ਆਪਣੇ ਪਾਪਾਂ ਦੀ ਮਾਫੀ ਦੇ ਲਈ ਯੇਸ਼ੂ ਮਸੀਹ ਦੇ ਨਾਮ ਉੱਤੇ ਬਸਮਾ ਲਵੋ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਤੇ ਜਦੋਂ ਪੌਲਸ ਦੇ ਕੋਲ ਪਵਿੱਤਰ ਆਤਮਾ ਆਇਆ ਤੇ ਪੌਲਸ ਟਿੱਕੇ ਨਹੀਂ ਬੈਠਿਆ, ਪੌਲਸ ਨੇ ਖੁਦਾ ਦੇ ਕੰਮ ਕੀਤੇ। ਜਿਹੜਾ ਪੌਲਸ ਬੜੀ ਠਾੜ ਦੇ ਨਾਲ ਆਪਣੇ ਸਿਪਾਹੀਆਂ ਦੇ ਨਾਲ ਜਾਂਦਾ ਹੁੰਦਾ ਸੀ ਲੋਕਾਂ ਨੂੰ ਮਾਰਨ ਦੇ ਲਈ, ਉਹੀ ਪੌਲਸ ਨੂੰ ਉਹਦੇ ਹੀ ਸਿਪਾਹੀਆਂ ਨੇ ਫੜ ਕੇ ਮਾਰਿਆ ਕੁੱਟਿਆ। ਜਦੋਂ ਖੁਦਾਵੰਦ ਕਿਸੇ ਮਨੁੱਖ ਦਾ ਇਸਤੇਮਾਲ ਕਰਦਾ ਹੈ ਤਾਂ ਫਿਰ ਉਹ ਮਨੁੱਖ ਨੂੰ ਆਪਣੀ ਮਰਜ਼ੀ ਨਹੀਂ ਕਰਨ ਦਿੰਦਾ। ਅੱਜ ਬਹੁਤ ਸਾਰੇ ਮਨੁੱਖ ਆਪਣੀਆਂ ਮਰਜ਼ੀ ਕਰੀ ਜਾਂਦੇ ਨੇ, ਬਸਮਾ ਲੈਣ ਤੋਂ ਬਾਅਦ ਵੀ ਆਪਣੀਆਂ ਮਰਜ਼ੀਆਂ, ਕਿਉਂਕਿ ਉਹਨਾਂ ਲੋਕਾਂ ਦੇ ਕੋਲ ਪਵਿੱਤਰ ਆਤਮਾ ਨਹੀਂ ਹੈ। ਬਈ ਕਈ ਲੋਕਾਂ ਦੇ ਜੀਵਨ ਨਹੀਂ ਸੁਧਰੇ ਹਾਲੇ ਤੱਕ, ਲੇਕਿਨ ਪਵਿੱਤਰ ਆਤਮਾ ਜਦੋਂ ਕਿਸੇ ਮਨੁੱਖ ਦੇ ਅੰਦਰ ਆਉਂਦਾ ਹੈ, ਉਹਦਾ ਸੁਧਾਰ ਕਰਦਾ ਹੈ, ਉਸਨੂੰ ਨਿਯਮ ਕਾਨੂੰਨਾਂ ਵਿੱਚ ਲੈ ਕੇ ਆਉਂਦਾ ਹੈ, ਠੀਕ ਹੈ ਨਾ, ਫਿਰ ਉਹ ਮਨੁੱਖ ਨੂੰ ਆਪਣੀ ਮਰਜ਼ੀ ਨਹੀਂ ਕਰ ਦਿੰਦਾ। ਜਿਹਦੇ ਕੋਲ ਖੁਦਾ ਦਾ ਪਵਿੱਤਰ ਆਤਮਾ ਹੁੰਦਾ ਹੈ, ਉਸਨੂੰ ਉਹ ਆਪਣੇ ਵਚਨ ਦੇ ਪ੍ਰਕਾਸ਼ਨ ਦੇ ਉੱਪਰ ਫਿਰ ਚਲਾਉਂਦਾ ਹੈ। ਯੀਸ਼ੂ ਮਸੀਹ ਦੇ ਨਾਮ ਤੇ ਬਸਮਾ ਲਵੇ ਤਾਂ ਕਿ ਪਵਿੱਤਰ ਆਤਮਾ ਦਾ ਦਾਨ ਪਾਓਗੇ, ਕਿਉਂਕਿ ਇਹ ਕਰਾਰ ਤੁਹਾਡੇ ਅਤੇ ਬਾਲਕਾਂ ਦੇ ਨਾਲ, ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਦੇ ਨਾਲ ਜਿਹੜੇ ਦੂਰ ਹਨ। ਦੂਰ ਕੌਣ ਸੀ? ਅਸੀਂ। ਇਹ ਕਰਾਰ ਸਾਡੇ ਨਾਲ ਵੀ ਸੀਗਾ, ਠੀਕ ਹੈ, ਜਿੰਨਿਆਂ ਨੂੰ ਪ੍ਰਭੂ ਸਾਡਾ ਖੁਦਾ ਆਪਣੇ ਕੋਲ ਬੁਲਾਵੇ, ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਦੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ, ਭਈ ਆਪਣੇ ਆਪ ਨੂੰ ਸਕੱਬੀ ਪੀੜੀ ਤੋਂ ਬਚਾਓ। ਸੋ ਉਹਨਾਂ ਦੀ ਗੱਲ ਮੰਨ ਲਈ ਅਤੇ ਉਹਨਾਂ ਨੇ ਬਸਮਾ